ਉਧਰੋਂ ਪੈਸੇ ਆਉਣਗੇ ਅਸੀਂ ਦੁੱਖ ਚ ਬੇਬੇ ਉਹ ਤੇਜਾ ਥਿਆ ਕੋਈ ਸਕੀਮ ਲੱਭੋ ਸਕੀਮ ਐ ਕੰਮ ਨੀ ਚੱਲਣਾ ਉਹ ਤੋਂ ਮਹਿੰਗਾਈ ਬਹੁਤ ਆ ਪਹਿਲਾਂ ਉਂਗਲ ਕੱਢ ਤੂੰ ਬਲਾਸ ਦੱਸ ਤੈਨੂੰ ਤਾਂ ਹੁਣ ਤਾਂ ਜਲਾਸ ਹੀ ਨੀ ਫੜਨ ਆਇਆ ਦੁਨੀਆਂ ਚੰਦ ਤੇ ਪਹੁੰਚ ਗਈ ਆ ਉਹ 15 ਸਾਲ ਹੋ ਗਏ ਤੈਨੂੰ ਅਖਬਾਰ ਪੜ੍ਹਦੇ ਨੂੰ ਕੀ ਲੱਭ ਲਿਆ ਇਹਦੇ ਵਿੱਚੋਂ 15 ਸਾਲਾਂ ਦਾ ਹੱਲ 5 ਮਿੰਟ ਚ ਕਰੂ ਚਾਚਾ ਦੇਖੀ ਜਾ ਤੂੰ ਲੈ ਦੇਖੀ ਜਾ ਦੇਖੀ ਜਾਣਾ ਲੱਭ ਗਈ ਓਏ ਕੀ ਲੱਭ ਗਈ ਕਰਾਵਾਂਗੇ ਪੈਸੇ ਵੱਟਾਂਗੇ ਮੁੱਲ ਦੇ ਐਸ ਤੇ ਕਰਾਵਾਂਗੇ ਪੈਸੇ ਵੱਟਾਂਗੇ ਮੁੱਲ ਦੇ ਭੰਗੜੇ ਪਾਓ ਲੰਬੂ ਆ ਤਾਈ ਨੂੰ ਖੋਲ ਲਾ ਅਸੀਂ ਭੰਗੜੇ ਪਾਉਣੇ ਲੈ ਚਾਚਾ ਤੂੰ ਖੋਲ ਲੋਕ ਚਾਚਾ ਕੀ ਕਹਿੰਦੀ ਤਾਈ ਉਹ ਮੈਥੋਂ ਕਿਹੜਾ ਲੋਕ ਖੁੱਲਿਆ ਬੜੀ ਜਿਹੜੀ ਖੁੱਲ ਚੱਲ ਤੂੰ ਘਰ ਨੂੰ ਭਾਜਾ ਦੇ ਤਾਈ ਦਾ ਨੰਬਰ ਦੱਸ ਕਿੰਨਾ ਨੌ ਦਾ ਨਾਇਆ ਇੱਕ ਦਾ ਏਕ ਆ ਤਲਵੰਡੀਓ ਦਲੀਪ ਦਾ ਮੁੰਡਾ ਕਰੀ ਆ ਆ ਗਈ ਚਲੀਏ ਚਲੀਏ ਇੱਧਰ ਇੱਧਰ ਚਾਚਾ ਤੂੰ ਕਿੱਧਰ ਚੱਲਿਆ ਲੈ ਚਾਚਾ ਤੂੰ ਜਾ ਤੀਰਥ ਸਥਾਨ ਤੇ ਠੀਕ ਆ ਨਾ 2 ਮਹੀਨੇ ਮੁੜਨਾ ਮੁੜੀ ਨਹੀਂ ਤੇਰੀ ਮਰਜ਼ੀ ਆ ਅਸੀਂ ਸਾਨੂੰ ਕੰਮ ਚਲਾਉਣ ਦੇ ਹੁਣ ਚੱਲ ਵੀ ਚਲੀਏ ਘੰਟਾ ਹੋ ਗਿਆ ਤੁਹਾਨੂੰ ਆਇਆ ਨੂੰ ਅੱਗੇ ਬੋਲੋ ਤਾਈ ਵਿਹਲੀ ਹੁੰਦੀ ਕਿਉਂ ਕੀ ਹੋਇਆ ਪਗੜ ਕੇ ਕੰਮ ਸ਼ੁਰੂ ਕਰਦੇ ਕਿਹੜਾ ਕੰਮ ਵੇ ਤਾਈ ਮੋਜਾ ਲੱਟਾਂ ਕੇ ਪੈਸੇ ਵੱਟਾਂ ਕੇ ਦੱਸਦੇ ਕਿ ਜਲਾ ਬਰਾਜੀ ਬਹੋਲੀ ਮਾਰ ਨਹੀਂ ਨਹੀਂ ਮੇਰਾ ਮਤਲਬ ਪਰ ਰਲ ਕੇ ਕੰਮ ਸ਼ੁਰੂ ਕਰਨਾ ਨਾਲੇ 3-4 ਰੁਪਏ ਪੈਸੇ ਵਧਣਗੇ ਨਾਲੇ 4 ਰੁਪਏ ਸਾਨੂੰ ਬਣਨਗੇ ਤਾਈ ਆਪਾਂ ਰਿਸ਼ਤੇ ਕਰਾਉਣੇ ਆ ਨਾਲੇ ਕੈਨੇਡਾ ਦੇ ਮੁੰਡੇ ਕੁੜੀਆਂ ਦੇ ਲੱਖਾਂ ਰੁਪਏ ਮਿਲਦੇ ਆ ਤੇ ਇੱਧਰ ਲਿਆ ਤੋਂ 10-20 ਹਜ਼ਾਰ ਤਾਂ ਕਿਧਰੇ ਗਿਆ ਹੀ ਨਹੀਂ ਮਾਸਰ ਕਿੱਥੇ ਤੇਰਾ ਉਹਨੂੰ ਦੱਸ ਦੀ ਸਾਰਾ ਮਾਂ ਬਾਪ ਅਸੀਂ ਤਾਈ ਨੂੰ ਲੈ ਚੱਲੇ ਚੰਗਾ ਸਤਿ ਸ੍ਰੀ ਅਕਾਲ ਤੋੜੇਂਗੇ ਦਮ ਮਗਰ
ਬਾਹਰ ਚੜ ਦਿੱਤੀ ਸੀ ਕੈਨੇਡਾ ਵਾਲੀ ਕੁੜੀ ਚਾਹੀਦੀ ਆ ਬੱਲੇ 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 ਭਾਈ ਮੈਂ ਲਿਆਉਣਾ ਸਵਾਰੀ ਤੁਸੀਂ ਰੇਟ ਬਣਾਓ ਹੁਣੇ ਆਇਆ ਇੱਕ ਮਿੰਟ ਆਹੋ ਜਾ ਬਣਾ ਰੇਟ ਭਾਈ ਕੈਨੇਡਾ ਵਾਲਿਆਂ ਤੋਂ 1 ਲੱਖ ਰੁਪਈਆ ਠੀਕ ਆ ਤੇ 10 ਕਿੱਲੇ ਵਾਲਿਆਂ ਤੋਂ 50,000 ਤੇ ਅਮਲੀ ਤੋਂ 531 ਰੁਪਈਏ ਆ ਜਿਹੜੇ ਬੁੜੇ ਜੇ ਬਜ਼ੁਰਗ ਜੇ ਆ ਨਾ ਇਹਨਾਂ ਤੋਂ ਲਵਾਂਗੇ 1100 ਰੁਪਈਆ ਠੀਕ ਆ ਭਾਈ ਫੜਿਆਂ ਦਾ ਕੀ ਰੇਟ ਲਿਖਾਂ ਵੇ ਜਿਹੋ ਜਿਹਾ ਮੂੰਹ ਉਹ ਜੀ ਚਪੇੜ ਸਾਧ ਨਾ ਸਾਧੀ
ਤੋਂ ਚੰਗੇ ਕੰਮ ਚੱਲੇ ਆ ਬੇਨਤੀ ਤਾਂ ਹੱਸ ਕੇ ਕਰ ਲਾ ਸ਼ਕਲ ਤਾਂ ਤੇਰੀ ਦੀਨੀ ਅਜੇ ਵੀ ਹੈਗੀ ਆ ਬੈਠੋ ਵਿੱਚ ਬੱਲੇ 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 पूरे फिट आ जाने लड़की की फोटो फाटो भी लेके आए हो तुसी पूरी फिट आई थोड़े आ जानी सोहनी सुनखी लड़की आ चलो कुड़ी तो ठीक है गल हुण सिरे ला दोगे ना महाराज गल तो साडे सिर ते आ उन्होंने सारे अधिकार सानू दिते आ कहिंदे बस तुसी फिट करो कुड़ी थोड़ी आ बस तुसी हां करो जड़ी तां टांका ऐ फिट कर देना जी आ जी जिहड़ा फिल्मां वाला धरविंदर आ इहदा भी रिश्ता साडे प्यो ने ही कराया सीगा इह तां जी साडा खानदानी काम आ अभिषेक बजन जी इहदा रिश्ता भी असीं कराया वा नाले जी आह शिल्पा शेट्टी इहदा भी रिश्ता असीं कराया बाकी आ करीना कपूर दी जी गल 15-20 दिन च गल सिरे चढ़ जानी आ वो भी साडे सिर ते आ बस तुसीं मुंडे दी फोटो दिओ जी 15-20 दिन च असीं गल सिरे ला देणी आ इह आ चुको साडा कार्ड बल्लै 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 अच्छा कली फोटो ही देनी है जा होर जनाब साडा चाह पानी कर दियो जी आ पजैरो भी थोड़े सिर ते चलदी आ थोड़ा बहुत अज कर दियो बाकी ब्याह वाले दिन कर लांगे फिर भी किन्ना कु कनेडा दे नौ नूं तां लोकी जी 5-5, 10-10 लख दिंदे आ असी तां सिर्फ सोतों 1 लख रुपया लेना 50,000 हुण ते 50,000 ब्याह वाले दिन अच्छा रिश्ता तां पक्का ना किते उही गल ना होवे ना ना जी असी थोड़े पैसे खा के खानदान कलंक लगाना है मैं कहनी तुसी हस के तोरो शगन नाल कम सिरे चढ़े हां जी हां जी चलो जी ए सेती आई ओए की हो गया तानू ओवी मालको मैं थोड़े मुंडे दे ब्याह दा चा चढ़ गया जी हां लो 50,000 रुपया हुण गल सिरे ला दियो गल तां सिरे पक्की लावांगे जी तुसीं बेचैन रहो हुण तुसीं सानू जांदियां नूं देखो उदू बाद साडी वेट करो चंगा सत श्री अकाल चंगा जी पक्का जी पक्का लंबो
ਸਾਰੇ ਕਰ ਦੇਣੀ ਵਿੱਚ ਬਣੀ ਰਹਿ ਗਿਆ ਕੋਈ ਦੇਖੀ ਮਾੜਾ ਬੈਗ ਜੇ ਤੂੰ ਚਾਹ ਬਣਾ ਕੇ ਲਿਆ ਮੈਂ ਨੀ ਚਾਹ ਬਣਾਉਣੀ ਪਹਿਲਾਂ ਪੈਸੇ ਕਹਿਣ ਚੱਲ ਇੱਕ ਹਜ਼ਾਰ ਦੋ ਹਜ਼ਾਰ ਤਿੰਨ ਉਹ ਪਤੰਦਰੋ ਕਦੇ ਪੈਸੇ ਨੀ ਦੇਖੇ ਮੈਨੂੰ ਗਿਣਤਾ ਲੈਣ ਦਿਓ ਚੱਲ ਮੈਂ ਤਾਂ ਕੁੜੀ ਕੋਲ ਵੀ ਜਾਣਾ ਸੰਧਾਰਾ ਲੈ ਕੇ ਸਾਲ ਹੋ ਗਿਆ ਗਈ ਨੀ ਛੇਤੀ ਕਰੋ ਅਮਰ ਤਾਈ ਤੂੰ ਪਹਿਲਾਂ ਤੂੰ ਕੁੜੀ ਕੋਲ ਜਾ ਉਹ ਨਾ ਕੁੜੀ ਆ ਕੇ ਤੇਰੀ ਬੁੱਕਲ ਚ ਬਹਿ ਜਾਵੇ ਗਿਣ ਲਵੋ ਪੰਜ ਤੇਰਾਂ ਦਫਾ ਕਰ ਇਹਨਾਂ ਨੂੰ ਪਹਿਲਾਂ ਕੁੜੀ ਕੋਲ ਜਾਇਆ ਉਹ ਤਾਈ ਤਾਈ ਕੋਠੇ ਦਿਨੇ ਚੜੀ ਤਾਈ ਤਾਈ ਲੱਤ ਟੁੱਟ ਜੂ ਤਾਈ 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 ਚੂਕਣਾ ਹਿਲ ਜੂ ਤਾਈ ਤਾਈ ਆ ਗਏ ਅਸੀਂ ਤਾਈ ਰੁਕ ਜਾ 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 ਤਾਈ ਤਾਈ ਆ ਗਏ ਅਸੀਂ ਤਾਈ ਛਾਲ ਨਾ ਮਾਰੀ ਤਾਈ 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 ਲੱਖਾਂ ਰੁਪਈਆ ਬਣਾਉਣਾ ਤੂੰ 2000 ਪਿੱਛੇ ਬਹੁਤ ਗਈ ਮਰ ਜਾਣੇ ਹੋ ਪਹਿਲਾਂ ਕਿਉਂ ਨਹੀਂ ਪੌਂਕੇ ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲੇ ਪੜ੍ਹਦੀ ਸੀ ਤੈਨੂੰ ਸ਼ਰਮ ਨੀ ਆਉਂਦੀ ਇਹੋ ਜਿਹੇ ਗੀਤ ਸੁਣਦੇ ਨੂੰ ਇਹਨਾਂ ਗੀਤਾਂ ਨੇ ਤਾਂ ਸਾਡੇ ਸੱਭਿਆਚਾਰ ਦਾ ਪਹਾ ਵੜਤਾ ਹੈ ਉਹ ਮੈਂ ਕਹਿੰਦੀ ਦਫਾ ਕਰ ਇਹਨਾਂ ਨੂੰ ਤੂੰ ਐ ਕਰ ਅਖਬਾਰ ਚੱਕੋ ਤੇ ਆਪਦੇ ਕੰਮ ਦੀ ਗੱਲ ਲੱਭੋ ਲੱਭੋ ਕਰ ਪੜ ਤਾਈ ਤੂੰ ਵੀ ਪੈਸੇ ਬਣਾਉਣ ਦੀ ਗੱਲ ਕਰੋ ਹਾਂ ਸਹੀ ਗੱਲ ਲੱਭ 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 ਇਹਨੂੰ ਕੁੜੀ ਦੀ ਲੋੜ ਆ ਕਿਹਨੂੰ ਮੁੰਡੇ ਦੀ ਲੋੜ ਆ ਉਹ ਜਲਦੀ ਲੱਭੋ ਉਹ ਕਿਹਨੂੰ ਵਰਤੇ ਕੰਨਿਆਂ ਦੀ ਲੋੜ ਆ ਜਾ ਕੇ ਲਵੇਟ ਗਏ ਆਪਾਂ ਲੱਭਦਾ ਹਜੇ ਤਾਂ ਕਤੂਰੇ ਬਕਾਊ ਕੰਬੈਨ ਬਕਾਊ ਗੰਢਿਆਂ ਦੀ ਪਨੀਰੀ ਬਕਾਊ ਆਹ ਕ ਨਸ਼ੇ ਛੜਾਈ ਜਾਂਦੇ ਆ ਆਹ ਕ ਕੰਬੈਨ ਬਕਾਊ ਓਏ ਆਹ ਕਾਦੀ ਐਡ ਆ ਖੱਤਰ ਜਿਹੜਾ ਬਕਾਊ ਸਾਰੇ ਜਿਹੋ ਜਿਹੀ ਸਗਰਾ ਹੋਈਆਂ ਖਬਰਾਂ ਪੜ੍ਹਦੇ ਆ ਉਹ ਮੈਂ ਕਹਿੰਦੀ ਵੀ ਪੇਜ ਬਦਲ ਕੇ ਦੇਖੋ ਹਾਂ ਹੋਰ ਹੀ ਪਾਸੇ ਦੇਖੀ ਜਾਂਦੇ ਹੋ ਇੱਕੋ ਹੀ ਪੇਜ ਓਏ ਆਹ ਪੜ ਪੜਦੀ ਲੋੜ ਇੱਕ ਲੌਤੇ ਲੜਕੇ ਲਈ ਸੁੰਦਰ ਸੁਸੀ ਲੜਕੀ ਚਾਹੀਦੀ ਹੈ ਕੱਦ 5'6" ਉਹੀ ਸੰਪਰਕ ਕਰਨ ਜਿਨ੍ਹਾਂ ਨੂੰ ਸਾਡੀ ਲੋੜ ਹੈ ਕੋਈ ਵਾਧੂ ਬੰਦਾ ਫੋਨ ਕਰਕੇ ਤੰਗ ਨਾ ਕਰੇ ਲੁਧਿਆਣੇ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ 9971703333 ਮੈਂ ਛੇਤੀ ਲਾ ਲਵੂ ਫੋਨ ਇਹ ਤਾਂ ਆਪਣੇ ਨਾਲ ਵੀ ਕਾਲੀ ਆ ਪੁੱਛ ਕਿਹੜੇ ਪਿੰਡ ਤੋਂ ਬੋਲਦੇ ਨੇ ਛੇਤੀ ਕਰ ਜੇਬ ਚ ਪਾਲਾ ਡੇਢ ਘੰਟਾ ਤੇਰੇ ਨਾਲ ਤਾਂ ਲੋਕ ਨਹੀਂ ਖੋਲਦਾ ਜਾਨੂ ਦਾ ਰਸਤਾ ਸੇ ਚੜ ਜਾਂਦਾ ਮੈਂ ਆਪੇ ਚਲਾਉਣਾ ਭਾਈ ਕਿੰਨਾ ਨੰਬਰ 9971703333 ਮੈਨੂੰ ਨਹੀਂ ਸਮਝ ਆਈ ਹੌਲੀ ਫਰਮਾਓ ਤੂੰ ਦੱਸ ਲੰਬੂ ਓਏ 9417 ਬਸ ਬਸ ਤੈਨੂੰ ਚਾਰ ਖੱਖ ਅੰਗਰੇਜ਼ੀ ਦੇ ਆਉਂਦੇ ਉਦੋਂ ਕਾ ਫੇਰ ਤਾਂ ਪੰਜਾਬੀ ਦੱਸਣੇ ਵੱਡਾ ਅੰਗਰੇਜ਼ ਭਾਈ ਤੂੰ ਦੱਸ ਲੈਖੜਾ ਚੱਲ ਗੁੱਡ ਮਾਰਨਿੰਗ ਜੀ ਮਰ ਜਾਣਿਆ ਦੁਪਹਿਰਾ ਖੋਇਆ ਪਿਆ ਬਿਆਨ ਬਦਲਾ ਗੁੱਡ ਦੁਪਹਿਰ ਜੀ ਗੁੱਡ ਦੁਪਹਿਰ ਜੀ ਆ ਤੁਹਾਡਾ ਪੇਪਰ ਤੇ ਇਸ਼ਤਿਹਾਰ ਪੜਿਆ ਜੀ ਸੌ ਵੱਡੇ ਮਹਾਰਾਜ ਦੀ ਬਹੁਤ ਸੋਹਣਾ ਤੇ ਸੁਨੱਖਾ ਇਸ਼ਤਿਹਾਰ ਆ ਜੀ ਤੁਹਾਡਾ ਜਿੰਨਾ ਸੋਹਣਾ ਸੁਨੱਖਾ ਤੁਹਾਡਾ ਇਸ਼ਤਿਹਾਰ ਆ ਜੀ ਓਨਾ ਹੀ ਸੋਹਣੀ ਸੁਨੱਖੀ ਸਾਡੇ ਕੋਲੇ ਲੜਕੀ ਆ ਬਸ ਜੇ ਤੁਸੀਂ ਕਹਿੰਦੇ ਹੋ ਮਹਾਰਾਜ ਤਾਂ ਸਵੇਰ ਨੂੰ ਤੁਹਾਡੇ ਦਰਾਂ ਮੂਹਰੇ ਵਾਰਸ ਕਰ ਦੂੰ ਪੈਸੇ ਦੀ ਹੱਥ ਜੇ ਤੂੰ ਹੋ ਜੇ ਮੇਰੀ ਮੈਂ ਵਾਰਸ ਕਰ ਦੂੰ ਪੈਸੇ ਦੀ ਜੇ ਤੂੰ ਹੋ ਜੇ ਮੇਰੀ ਮੈਂ ਵਾਰਸ ਕਰ ਦੂੰ ਪੈਸੇ ਦੀ ਜੇ ਤੂੰ ਹੋ ਜੇ ਮੇਰੀ ਮੈਂ ਵਾਰਸ ਕਰ ਦੂੰ ਪੈਸੇ ਉਹ ਤਾਈ ਆ ਗਏ ਹੁਣ ਆਜੋ ਬੈਠੋ ਬੈਠੋ ਵਾਰਸ ਕਰ ਦੂੰ ਪੈਸੇ ਦੀ ਜੇ ਤੂੰ ਹੋ ਜੇ ਮੇਰੀ ਪੈਸਾ ਪੈਸਾ ਕਰਤੀ ਹੈ ਕਿਉਂ ਪੈਸੇ
ਆਇਓ ਤਾਈ ਦੇਖੋ ਬੱਚਾ ਲੇਟ ਹੋਈ ਜਾਂਦੇ ਆ ਮਸਾਲ ਵੇਖਣੇ ਆ ਪੈਸੇ ਬਣਾਉਣੇ ਆ ਜ਼ਿੰਦਗੀ ਚ ਆਹ ਲੋ ਬੈਠੋ ਬੱਚਾ ਬੈਠੋ ਬੈਠੋ ਬੜਾ ਪੜਾ मैं समझ गया लुटने वाले आ गए साडा काम भी जी लुटना है असीं थोड़ा घुमा के लुट लैने आ की मतलब साडा मतलब है जी नवे बंदिया नूं देख के बंदा घूम के रेच पई जांदा भगवान ने क्या था बना ला नहीं नहीं जी चाह ना बनायो शुगर तो बहुत डर लगता हाँ जी हाँ जी हाँ जी हाँ जी हुण दसो की विचार ने भैन जी तुसी अपने मुंडे बारे जो कुछ भी कहो ना असी सब कुछ पूरा करवा देंगे तुसी जनाब दसो कुड़ी कनेडा वाली चाहीदी आ जां पाकिस्तान वाली जां दुबई वाली पंजाब वाली पसंद आ ठीक है ठीक है लंबू कढ फोटो जल्दी कढ ला मसा गाढ़ फसिया सीधी कढ सीधी आई 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 आ लो जी फोटो देखो ਤਾਂ ਕੁੜੀ ਪਸੰਦ ਆਈ ਰੋਤ ਜੀ ਨਾ ਨਾ ਜੀ ਇਹ ਕੁੜੀ ਦਾ ਰਸਤਾ ਪਹਿਲਾਂ ਫਿੱਟ ਹੋਇਆ ਹੈ ਨਾ ਨਾ ਜੀ ਜੇ ਤੁਹਾਨੂੰ ਇਹ ਕੁੜੀ ਚੰਗੀ ਤਰ੍ਹਾਂ ਫਿੱਟ ਆ ਫਿਰ ਆਪਾਂ ਇਹਦਾ ਰਿਸ਼ਤਾ ਤੜਾ ਕੇ ਤੁਹਾਡੇ ਮੁੰਡੇ ਨਾਲ ਜੋੜ ਦਿੰਦੇ ਹਾਂ ਜੀ ਪਰ ਥੋੜਾ ਤਾਂ ਖਰਚਾ ਵੱਧ ਲੱਗ ਜੇਗਾ ਹੈ ਜੀ ਦੇਖੋ ਜੀ ਜੇ ਕੁੜੀ ਤੁਹਾਡੇ ਹੱਥ ਵਿੱਚ ਹੈਗੀ ਤਾਂ ਖਰਚੇ ਪਾਣੀ ਦੀ ਕੋਈ ਟੈਨਸ਼ਨ ਨਹੀਂ ਹੈਗੀ ਫਿਰ ਤਾਂ ਜਨਾਬ ਸਮਝੋ ਇਹ ਕੁੜੀ ਦਾ ਰਿਸ਼ਤਾ ਤੁਹਾਡੇ ਮੁੰਡੇ ਨਾਲ ਹੋ ਗਿਆ ਵੈਸੇ ਤੁਹਾਡਾ ਚਾਹ ਪਾਣੀ ਦਾ ਖਰਚਾ ਕਿੰਨਾ ਭੈਣ ਜੀ ਜੋ ਮਰਜ਼ੀ ਕਰ ਦਿਓ ਅਸੀਂ ਤਾਂ ਪੂਰਾ ਜ਼ੋਰ ਲਾ ਦੇਣਾ ਕੁੜੀ ਵਾਲੇ ਬਾਹਲੇ ਹੀ ਤਕੜੇ ਆ ਤੁਸੀਂ ਜੀ 50,000 ਪਹਿਲਾਂ ਕਰ ਦਿਓ 50,000 ਹਾਂਜੀ ਹਾਂਜੀ ਭਾਈ 10,00,000 ਤਾਂ ਤੁਹਾਨੂੰ ਨਕਦੀ ਦਵਾ ਦੇਣਾ ਉਹਨਾਂ ਤੋਂ ਆਹੋ ਨਾਲੇ ਅਸੀਂ ਜੀ ਪੂਰਾ 1,00,000 ਲੈਣਾ ਵਾ ਬਾਕੀ ਜੋ ਤੁਸੀਂ ਉੱਥੇ ਸਾਨੂੰ 1,000-2,000 ਦਵੋਗੇ ਉਹ ਵੀ ਅਸੀਂ ਲੈ ਲਾਂਗੇ ਅਸੀਂ ਡਾਂਸਰਾਂ ਉੱਤੋਂ ਦੀ ਵੀ ਸਿੱਟਣੇ ਆ ਜੀ ਟੌਰ ਤੁਹਾਡੀ ਉਹ ਬਣਨੀ ਆ ਨਾਲੇ ਜਿਹੜੀਆਂ ਤੁਸੀਂ ਖੁਸ਼ ਹੋ ਕੇ ਵਧਾਈਆਂ ਦੇਣੀਆਂ ਉਹ ਵੀ ਅਸੀਂ ਤਾਂ ਲੈ ਹੀ ਲੈਣੀਆਂ ਹਾਂਜੀ 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 ਆ ਦਿਓ ਜੀ ਪੈਸੇ ਕੱਢੋ ਸਿੱਧੀ ਕੱਢ ਲਾ ਸਰਦਾਰ ਜੀ ਆ ਲਓ ਜੀ ਪੈਸੇ ਸਾਡਾ ਕੰਮ ਸਿਰੇ ਚਾੜੋ ਤੁਹਾਡਾ ਹੱਕ ਨਹੀਂ ਮਾਰਦੇ ਹੱਕ ਤਾਂ ਜੀ ਅਸੀਂ ਨਹੀਂ ਰੱਖਦੇ ਤੁਹਾਡਾ ਬਸ ਤੁਸੀਂ ਕੰਮ ਹੋਇਆ ਸਮਝੋ ਲੰਬੂ ਕੱਢ ਪੈਸੇ ਪੈਸੇ ਕੱਢ ਲਾ ਫਟਾਫਟ ਕਿੱਥੇ ਉਹਦੇ ਫੋਨ ਮੈਂ ਕਹਿਣਾ ਯਾਰ ਥੋੜਾ ਘੰਟਾ ਲਾ ਦਿੰਦਾ ਮੈਂ ਛੇਤੀ ਛੇਤੀ ਗਿਣੋ ਮੈਂ ਆਪਦੀ ਕੁੜੀ ਕੋਲੇ ਵੀ ਜਾਣਾ ਭਾਈ ਜੇ ਕੋਈ ਨਕਲੀ ਨੋਟ ਆ ਗਿਆ ਫਿਰ ਉਹ ਪਾੜ ਕੇ ਚੁੱਲੇ ਸੱਟ ਉਹਨਾਂ ਨੂੰ ਮੋੜਨ ਜਾਣੇ ਆ ਮੋੜਨ ਜਾਣੇ 2-3 ਨਹੀਂ ਨਹੀਂ ਕਿਵੇਂ ਆਏ ਸੀ ਅਸੀਂ ਤਾਂ ਕੁੜੀ ਦੇ ਰਿਸ਼ਤੇ ਨੂੰ ਆਏ ਸੀ ਵਾਧੂ ਜੀ ਵਾਧੂ ਨਾਲੇ ਜਿਹੜੇ ਬੰਦੇ ਨੇ ਤੁਹਾਨੂੰ ਸਾਡੇ ਕੋਲ ਭੇਜਿਆ ਨਾ ਕੁਛ ਦੇਖ ਕੇ ਭੇਜਿਆ ਅਸੀਂ ਬੰਦੇ ਹੀ ਕਹਦੇ ਆ ਜੀ ਇਸ ਤਾਂ ਗੁਣਾ ਦੀ ਨਾਲੇ ਜੀ ਸਾਡੇ ਵਰਗੇ ਬੰਦੇ ਲੱਭਣੇ ਨਹੀਂ ਤੁਹਾਨੂੰ ਕਿਤੇ ਮਾਲਕੋ ਸਾਡਾ 51,000 ਰੁਪਇਆ ਖਰਚਾ ਬਾਕੀ ਅਸੀਂ ਉੱਥੇ 5,000 ਰੁਪਇਆ ਪੈਸੇ ਜੀ ਵੀ ਲੈਣਾ ਸ਼ਗਨ ਸ਼ੁਗਨ ਪਾਉਣਾ ਹੁੰਦਾ ਜੀ ਨਾਲੇ ਪੈਸੇ ਜੀ ਹੋਰ ਕੁਛ ਖਾਣਾ ਪੀਣਾ ਨਹੀਂ ਰੋਜ਼ ਰੋਟੀ ਨਹੀਂ ਚੰਗੀ ਲੱਗਦੀ ਜੀ ਪੈਸੇ ਚਲੋ ਐਂ ਕਰੋ 21,000 ਰੁਪਇਆ ਦੇ ਦਿਓ ਹਾਂਜੀ ਤੇ ਬਾਕੀ ਆਪ ਪੈਰਸ ਤੇ ਕਰ ਲਾਂਗੇ ਹਾਂ ਹਾਂ ਚਲੋ ਠੀਕ ਹੈ ਜੀ ਜਿਵੇਂ ਤਾਂ ਸਾਡੇ ਤਾਈ ਠੀਕ ਹੈ ਠੀਕ ਹੈ ਜੀ ਆਹ ਬੱਸ ਹੋ ਗਿਆ ਐਸਾ ਕੋਈ ਗੱਲ ਨਹੀਂ ਜੀ ਕੰਮ ਤੁਹਾਡਾ ਪੱਕਾ ਬੇਚੈਂਤ ਰਹੋ ਅਸੀਂ ਫੋਨ ਕਰ ਤੁਹਾਨੂੰ ਐਪ ਤੱਕ ਦੇ ਕੇ ਕਰ ਦੇਣਾ ਠੀਕ ਹੈ ਨਾ
ठीक है, हाँ जी, हाँ जी, चलो 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 बस। पानी पा रो, मर गया वे, पानी पा रो, कथे गई ताई, हाय ताई। साला साढे डेढ़ सौ जाके मारना जी, कितने होर जाके मारो। हाय ताई, तू क्यों नहीं आई, हाय ताई, हाय ताई, हाय ताई, तू क्यों नहीं आई, हाय आ जा ताई, ओ पानी लिया दो, तत्ता ही लिया दो, हाय ताई, हाय ताई, हाय ताई, चूकना हिलिया पिया वे, ओ लै जो हस्पताल, की कर जो घरे पा लिया मेनू, ओ लै जो, लत लै गई नालो, लत लै गई नालो। सवेरे देखा गया, हुण देखी जाऊ। ताई पैसे कित्थे आ? शुकरा होश आ गई, पैसे देते जेड़े बनते ही। ताई मेरा तो कराता ही ना कूंगा। आहो ताई, तू एक हजार रुपया बद ला लेंदी, तू मुझे आ लूंगा, कादो बदली। मेरी गल सुनो, मेनू अपनी कुड़ी की जायद आई, मैं जाके भज के मिली आवा, नाले सुख नाल पैसे है। लंबू गल करा पहला ताई की कुड़ी नाल, एदी तो मोह मत घटे। ताई नंबर दस किन्ना? हौली बोल, समझ नहीं आई। आ गई समझ, करा गल, करता ही, करता ही गल। हेलो पता की हाल है? अजय रैंगटोन बजती होनी आ, इन्हें रैंगटोन कड़े ने सस्ती लवाई होनी है, रैंगटोन पजैरू वाली लवाई बैठे, कोली साइकिल भी हिंदी। मैं बोल दिया बच्चे, हाँ की हाल है? हाँ ठीक है, सुख शांत है सारे। बस मैं तो आए फोन किया,
ਵੀ ਆਪਣੇ ਕੋਲੇ ਸੁੱਖ ਨਾਲ ਪੈਸੇ ਹੈਗੇ ਨੇ। ਸੜਕ ਦੇ ਪਲਾਟ ਦੇਖ ਲਈ ਬਾਹਲਾ ਸੋਹਣਾ, ਸੜਕ ਦੇ ਉੱਤੇ ਹੋਣਾ ਚਾਹੀਦਾ, ਰੇਟ ਚਾਹੇ ਜਿੰਨਾ ਮਰਜ਼ੀ ਵੱਧ ਹੋਵੇ। ਚੰਗਾ ਆਹੋ, ਹੋਰ ਤਕੜੀਆਂ ਪਿੰਡ ਵਾਲਿਆਂ ਦਾ ਕੀ ਹਾਲ ਹੈ? ਤਾਈ ਇਹ ਚ ਪੈਸੇ ਹੈ ਨੀ, ਇਹਨੂੰ ਕੱਟਦੇ ਨੀ, ਇਹਨੇ ਆਪੇ ਕੱਟਿਆ ਜਾਣਾ। ਮੈਂ ਪਿੰਡ ਵਾਲਿਆਂ ਦਾ ਕੀ ਹਾਲ ਹੈ? ਬਸ 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 ਕੱਟਦੇ ਫੋਨ, ਬਸ ਠੀਕ ਆ। ਬਥੇਰਾ ਸੁੱਖ ਸਾਂਢ ਪੁੱਛ ਲਈ ਹੈਗੀ ਆ, ਆਹ ਫੜੋ ਟੱਕੋ ਅਖਬਾਰ, ਲੱਭੋ ਵਰਤੇ ਕਿੰਨੇ ਦੀ ਲੋੜ, ਲੱਭੋ ਲੱਭੋ ਪੈਸੇ ਬਣਾਉਣ ਵਾਲੀ ਸੋਚੋ, ਖਰਚਣੇ ਤਾਂ ਹੈਗੇ ਹੀ ਆ। ਜੱਟ ਸਿੱਖ ਮੁੰਡੇ ਦੇ ਲਈ ਜੱਟ ਸਿੱਖ ਕੰਨਿਆਂ ਦੀ ਲੋੜ ਆ ਬਈ। ਆਹ ਦੇਖ ਆਹ ਨਾਲੇ ਫੋਨ ਨੰਬਰ ਕਿੰਨਾ, ਮੋਬਾਈਲ ਇਹਨਾਂ ਦੇ ਲਿਖਿਆ ਹੋਇਆ, ਕਿੰਨਾ 78 ਆਹ ਸਾਰਾ ਲਾ ਦਾ ਭਾਈ, ਪਾ ਦਿਓ ਪਟਾਕਾ। ਅੱਛਾ ਤੁਸੀਂ ਬੜਿਆ ਇਸ਼ਤਿਹਾਰ, ਸਾਥੋਂ ਬਿਨਾਂ ਕਿਸੇ ਕੋਲ ਟਾਈਮ ਹੀ ਹੈ ਨਹੀਂ ਜੀ। ਅਸੀਂ ਜੀ ਤੁਹਾਡੇ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਪੱਕਾ ਰਿਸ਼ਤਾ ਕਰਾ ਦੇਣਾ, ਬਸ ਤੁਸੀਂ ਸਾਡਾ ਧਿਆਨ ਰੱਖਿਓ। ਹਾਂ ਧਿਆਨ ਤਾਂ ਮੈਂ ਤੁਹਾਡਾ ਪੂਰਾ ਰੱਖੂਗਾ, ਮਗਰ ਗੱਲ ਇਹ ਵੀ ਖਰਚਾ ਕਿੰਨਾ ਹੋਊਗਾ? ਖਰਚਾ ਜੀ ਅਸੀਂ 51,000 ਰੁਪਇਆ ਲਵਾਂਗੇ। ਨਾ ਜੀ ਨਾ, ਪੂਰਾ 1,00,000 ਰੁਪਇਆ ਲੈਣਾ, ਬਾਕੀ ਤੁਹਾਡੀ ਮਰਜ਼ੀ। ਕੁੜੀਆਂ ਵਾਲੇ ਬਣਾਉਣੇ ਕਿਹੜਾ ਸੌਖੇ ਨੇ, ਉਹ ਸਾਡਾ ਤਾਂ ਅਸੀਂ ਲੱਖਾਂ ਦਾ ਫਾਇਦਾ ਕਰ ਦੇਣਾ। ਤੁਸੀਂ ਐਂ ਕਰੋ ਬੇ, ਅਨ ਲਓ 10,000 ਰੁਪਇਆ। ਓ ਨਾ ਜੀ ਨਾ, ਤੁਸੀਂ ਐਂ ਕਰੋ 25,000 ਦਿਓ। ਹਲੋ ਬਾਕੀ ਦੇ ਫਿਰ ਕੰਮ ਹੋਣ ਤੋਂ ਬਾਅਦ। ਅੱਛਾ ਐਂ ਕਰਿਓ ਫਿਰ ਥੋੜਾ ਜਲਦੀ ਕਰ ਦਿਓ, ਬਸ ਪਰਸੋਂ ਤੁਹਾਨੂੰ ਰਿਪੋਰਟ ਮਿਲੂ। ਸਤਿ ਸ੍ਰੀ ਅਕਾਲ ਤਾਂ ਚੱਜ ਨਾ ਬੁਲਾ ਲਿਆ ਕਰ, ਲਿਆ ਕੁੱਟ ਪਾਣੀ ਪਿਆ। ਮਹੀਨਾ ਹੋ ਗਿਆ ਸੀ ਨੀ ਟੈਂਕੀ ਭਰੀ, ਕੁਝ ਚੂਹਾ ਮਰ ਗਿਆ ਸੀ, ਅਸੀਂ ਨੀ ਪੀਣਾ ਪਾਣੀ। ਸਾਡੇ ਪੈਸੇ ਮੁੜੋ ਜਿਹੜੇ ਸਾਡੇ ਮੁੰਡੇ ਸਾਕ ਕਰਾਉਣ ਲਈ ਲਿੱਤੇ ਸੀ। ਫੁੱਫੜਾ ਬੜੀ ਗਾਲੀ ਕਰਦਾ, ਉਹ 7 ਮਹੀਨੇ ਹੋਏ ਆ, ਕਿਤੇ ਸਾਲ ਤਾਂ ਨੀ ਹੋ ਗਿਆ। ਅਸੀਂ ਕੀ ਕਰੀਏ, ਤੁਹਾਡੇ ਮੁੰਡੇ ਨੇ ਸੰਜੋਗ ਹੀ ਬੜਾ ਢਿੱਲੇ ਆ, ਨਾਲੇ ਤਾਂ ਗੱਲ ਨੀ ਸੀ ਚੜ੍ਹਦੀ ਹੈਗੀ, ਰੰਗ ਦੇਖਿਆ ਤਵੇ ਤੋਂ ਵੀ ਕਾਲਾ, ਨਾਲੇ ਪੜਿਆ ਵੀ ਘੱਟ ਆ, ਕਦ ਵੀ ਵਿਆਹ ਵਾਲਾ ਹੈ ਨੀ। ਮੈਂ ਹੁਣ ਤੁਹਾਨੂੰ ਨੁਕਸ ਲੱਭ ਗਏ ਮੁੰਡੇ ਚ, ਪੈਸੇ ਲੈਣ ਵਾਲੀ ਨੁਕਸ ਕਿੱਥੇ ਗਏ ਸੀ? ਚੰਗਾ ਸਾਡੇ ਪੈਸੇ ਮੋੜੋ। ਓਏ ਹੈ ਨੀ ਸਾਡੇ ਕੋਲ ਪੈਸੇ ਪੂਸੇ, ਜਦੋਂ ਹੋਣਗੇ ਮੋੜ ਦਿਆਂਗੇ। ਨਾ ਕੋਈ ਜਵਾਬ ਨਾ ਹੋਇਆ, ਤੁਹਾਡਾ ਬੇੜਾ ਨਾ ਬੈਠੂ, ਅੰਦਰ ਕਰਾ ਦੂ ਮੈਂ ਤੁਹਾਨੂੰ, ਜਾ ਵੱਡੀ ਦਾ ਇੱਟ ਮਾਰੂ। ਬੇ ਉਹ ਤਲਵੰਡੀ ਵਾਲੇ ਵੀ ਆਉਂਦੇ ਨੇ ਜਿਨ੍ਹਾਂ ਕੋਲੋਂ ਆਪਾਂ 50,000 ਰੁਪਇਆ ਲਿਆ। ਮੈਂ ਆਪੇ ਕਰੂੰ ਗੱਲ, ਤੁਸੀਂ ਚੁੱਪ ਕਰ ਜਿਓ, ਆਉਣ ਦੇ। ਦੇਖੋ ਭਾਈ, ਜਿਹੜੇ ਤੁਸੀਂ ਮੇਰੇ ਭਰਾ ਦੇ ਰਿਸ਼ਤੇ ਵਾਸਤੇ ਪੈਸੇ ਲਏ ਸੀ ਨਾ, ਉਹ ਮੋੜੋ, ਨਾਲੇ ਅਸੀਂ ਨੀ ਕਰਾਉਣਾ ਰਿਸ਼ਤਾ, ਤੇ ਸਾਨੂੰ ਪਤਾ ਲੱਗ ਗਿਆ ਭਾਈ ਤੁਸੀਂ ਝੂਠੇ ਵਿਚੋਲੇ ਹੋ, ਸਾਡੇ ਪੈਸੇ ਮੋੜੋ। ਮੇਰੀ ਗੱਲ ਸੁਣੋ, ਰਿਸ਼ਤਾ ਕਰਾਉਣਾ ਕਿਤੇ ਸੌਖਾ ਪਿਆ? ਕੁੜੀਆਂ ਬਣਾਉਣੀਆਂ ਕਿਤੇ ਸਿਖਾ ਲਈਆਂ? 50-50 ਨਖਰੀ ਕਰਦੀਆਂ ਉਹ, ਅਸੀਂ ਅਜੇ ਵਿਹਲੇ ਨੀ, ਰਿਸ਼ਤਾ ਕਰਾ ਦਾਂਗੇ ਤੁਹਾਡਾ, ਪੈਸੇ ਨੀ ਮੁੜਦੀ।
ਤੁਸੀਂ ਤਾਂ ਬਾਹਲੇ ਗਰਮ ਹੋ ਯਾਰ। ਮੈਂ ਤਾਂ ਸੋਚਿਆ ਦੌਕਾ ਚੱਲੂ ਪਰ ਚੱਲਿਆ ਨਹੀਂ। ਹੁਣ ਤੁਸੀਂ ਬੈਠੋ, ਗੱਲ ਸ਼ਾਂਤੀ ਨਾਲ ਕਰੋ, ਅਸੀਂ ਤੁਹਾਡੇ ਨਾਲ ਪੱਕਾ ਵਾਅਦਾ ਕਰਾਂਗੇ ਜੀ। ਮੈਂ ਤਾਂ ਇਹ ਕਹਿੰਦੀ ਆ ਭਾਈ ਵੀ ਜਾਂ ਤਾਂ ਤੁਹਾਡਾ ਇੱਕ ਹਫ਼ਤੇ ਵਿੱਚ ਰਿਸ਼ਤਾ ਪੱਕਾ ਕਰਾਵਾਂਗੇ ਜਾਂ ਤੁਰ ਕਰ ਜਾਵਾਂਗੇ। ਪੈਸੇ ਮੋੜ ਦਿਓ ਨੇ, ਜਾਣ ਦਿਓ ਮੈਨੂੰ। ਬਾਈ ਜੀ ਗਰਮ ਨਾ ਹੋ, ਇਹ ਕੰਮ ਤਾਂ ਸਗਨਾਂ ਦੇ ਹੁੰਦੇ ਆ। ਜਿਵੇਂ ਸਾਡੀ ਤਾਈ ਕਹਿੰਦੇ ਆ ਗੱਲ ਪੱਕੀ। ਮਿੱਤਰੋ 2012 ਚ ਦੁਨੀਆ ਖਤਮ, ਆਪਾਂ ਐਸ਼ ਕਰੋ ਲੋਕਾਂ ਦੇ ਪੈਸੇ ਤੇ। ਵੀ ਇੱਕ ਅੱਧਾ ਰਿਸ਼ਤਾ ਤਾਂ ਸਿਰੇ ਚੜਾਓ ਕੱਚਾ ਪੱਕਾ। ਹਾਂਜੀ ਉਹ ਕਰ ਦਿੰਦੇ ਆ ਤੇਰਾ ਕੰਮ। ਨਾ 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 ਸਰਪੰਚ ਕੋਲ ਨਾ ਜਾਈ, ਬਸ ਸਾਨੂੰ 2-4 ਦਿਨ ਦੇ, ਤੈਨੂੰ ਦਿੰਦੇ ਆ ਪੂਰੀ ਜਾਣਕਾਰੀ। ਚੰਗਾ ਚੰਗਾ ਕਿਉਂ ਕਿਉਂ ਹੈਲੋ। ਹਾਂਜੀ ਹਾਂਜੀ ਜਾਗਪੁਰ ਤੋਂ ਬੋਲਦੇ ਹੋ? ਤੁਸੀਂ ਤਾਂ ਡਰਾਈ ਦਿੱਤਾ ਸੀ ਸਰਪੰਚ ਦਾ ਨਾਂ ਲੈ ਕੇ। ਇਹ ਕੀ ਗੱਲ ਕਰਤੀ? ਨਾ ਅਸੀਂ ਤਾਂ ਤਿਆਰ ਬੈਠੇ ਹਾਂ ਜੀ, ਬਸ ਕੱਟ ਲੈ ਟਾਂਕਾ ਫੁੱਟ ਤੁਹਾਡਾ। ਨਾ ਨਾ ਬਸ ਲੋੜ ਨੀ ਸਰਪੰਚ ਦੇ ਕੋਲ ਜਾਣ ਦੀ, ਐਵੇਂ ਬੇਇੱਜ਼ਤੀ ਖਰਾਬ ਕਰ ਦੋਗੇ ਸਾਡੀ। ਨਾ ਨਾ ਬਸ ਚੰਗਾ ਜਾਗਪੁਰ ਵਾਲੇ ਸਤਿ ਸ੍ਰੀ ਅਕਾਲ। ਆਹੋ ਹਲ ਤਾਈ ਲੱਗਦਾ ਪੈ ਗਿਆ ਸਿਆਪਾ। ਲੱਭੂ ਤਾਈ ਕੀ ਕਹਿੰਦਾ ਸੀ? ਮੈਨੂੰ ਦੱਸ ਖੁਸ਼ ਹੋ ਗਏ, ਮੈਂ ਆਪੇ ਕਰੂੰ ਗੱਲ, ਤੁਸੀਂ ਮੇਰੇ ਮਗਰ ਖੜੇ ਹੋ। ਜਾਗਪੁਰ ਵਾਲੇ ਦਾ ਫੋਨ ਆਇਆ ਸੀ, ਉਹ ਕਹਿੰਦੇ ਨਹੀਂ ਤਾਂ ਕੋਈ ਰਿਸ਼ਤਾ ਕਰਾਓ, ਨਹੀਂ ਅਸੀਂ ਜਾਂਦੇ ਹਾਂ ਸਰਪੰਚ ਨੂੰ। ਜਾਵੇ ਮੈਂ ਕਰੂੰ ਗੱਲ, ਤੁਸੀਂ ਮੇਰੇ ਮਗਰ ਖੜੇ ਹੋ। ਵੱਡਾ ਬਦਮਾਸ਼ ਧਮਕੀਆਂ ਦਿੰਦਾ ਬੇ, 50,000 ਰੁਪਇਆ ਲਿਆ ਉਹਨਾਂ ਕੋਲੋਂ। ਹੈਂ ਜਿਹੜਾ ਆਪੇ ਕਰੇ ਗੱਲ, ਮੈਂ ਨਹੀਂ ਕਰਦਾ। ਪਹਿਲਾਂ ਤਾਂ ਬੜੀਆਂ ਫੜਾ ਮਾਰਦਾ ਜੀ, ਹੁਣ ਕੀ ਹੋ ਗਿਆ ਤੈਨੂੰ? ਤਾਈ ਤੂੰ ਕਰ ਗੱਲ। ਲੈ ਬੰਦੇ ਨਾਲ ਬੰਦੇ ਗੱਲ ਕਰਨ, ਮੈਂ ਨਹੀਂ ਗੱਲ ਕਰਦੀ। ਕੋਈ ਨੀ ਕੋਈ ਨੀ, ਆਉਣ ਦੇ ਸਰਪੰਚ ਦਾ ਫੋਨ, ਤੇਜ਼ਾ ਕਰੂ ਗੱਲ। ਸਤਿ ਸ੍ਰੀ ਅਕਾਲ ਜੀ, ਹੋਰ ਸਾਰੇ ਠੀਕ ਠਾਕ ਨੇ ਜੀ? ਪਰਿਵਾਰ ਠੀਕ ਠਾਕ ਆ ਜੀ, ਕੰਮ ਕਾਰ ਵਧੀਆ ਚੱਲਦਾ? ਹਾਂਜੀ ਹਾਂਜੀ ਹਾਂਜੀ, ਟਾਵਰ ਉੱਡ ਗਏ ਸੀ ਜੀ। ਹਾਂਜੀ ਹਾਂਜੀ ਆ ਗਈ ਜੀ, ਆ ਗਈ ਆ ਗਈ ਆ ਗਈ ਜੀ ਆ ਗਈ। ਬਾਰਾਂ ਵੱਜੇ ਪਏ ਨੇ, ਤੇਰੀਆਂ ਕੋਲੀਆਂ ਨੀ ਲੋਟ ਆਈਆਂ ਹਾਲ ਤੱਕ, ਸਰਪੰਚ ਕੋਲ ਨੀ ਜਾਣਾ? ਬੇ ਤੈਨੂੰ ਕੀ ਹੋਇਆ ਪਿਆ? ਸਰਪੰਚ ਕੋਲੇ ਜਾਣਾ, ਫਲੈਟ ਦਾ ਸੌਦਾ ਕਰਨੇ ਜਾਣਾ ਉੱਥੇ। ਫਿਰ ਮੈਂ ਨੀ ਗੱਲ ਕਰਨੀ, ਆਪੇ ਕਰਿਓ। ਓਏ ਆਪੇ ਕਰੀ, ਸਾਥੋਂ ਨੀ ਹੋਣੀ। ਕੱਲ ਤਾਂ ਬੜਾ ਨਾਟ ਜਿਹਾ ਬਣਿਆ ਫਿਰਦਾ ਸੀ, ਅੱਜ ਪੀਟਰ ਜਿਹੜਾ ਬਣ ਗਿਆ। ਲੱਭੂ ਪਾਣੀ ਲਿਆ ਘੁੱਟ, ਮੈਂ ਪੀ ਕੇ ਹੁਮਾਂ ਦਲੇਰ, ਜਲਦੀ ਕਰ। ਸਾਨੂੰ ਤੁਹਾਡੇ ਤੇ ਕੋਈ ਕੰਮ ਨੀ, ਤੁਹਾਡੀ ਸ਼ਿਕਾਇਤ ਆਈ ਆ, ਤੁਸੀਂ ਇਹ ਬੰਦੇ ਤੋਂ ਪੈਸੇ ਲਏ ਆ, ਸਾਗ ਨਹੀਂ ਕਰਵਾਇਆ। ਸਰਪੰਚ ਸਾਹਿਬ ਇਹ ਤਾਂ ਕਾਹਲੀ ਬਹੁਤ ਕਰਦਾ, ਸਾਲ ਹੋ ਗਿਆ ਅੱਜ ਹੀ ਪੈਸੇ ਲੈ ਕੇ ਜਾਊ ਮੈਂ, ਅੱਜ ਹੀ। ਬੇ ਇੰਨਾ ਕੁ ਟਾਈਮ ਤਾਂ ਲੰਘ ਹੀ ਜਾਂਦਾ। ਹਾਂ ਤੁਸੀਂ ਦੱਸੋ ਇਹਦੇ ਪੈਸੇ ਕਦੋਂ ਦੇਣੇ ਆ?
ਅਸੀਂ ਜਿਹੜਾ ਰਸਤਾ ਕਰਾ ਦਿੰਦੇ ਆ। ਮੈਂ ਨਹੀਂ ਕਰਾਉਣਾ ਰਸਤਾ ਰੁਸਤਾ, ਮੈਂ ਤਾਂ ਪੈਸੇ ਲੈ ਕੇ ਜਾਣੇ ਨੇ, ਹੁਣੇ ਲੈ ਕੇ ਜਾਣੇ ਨੇ ਪੈਸੇ ਹੁਣੇ। ਖੈਰ ਜਾ ਓਏ, ਤੂੰ ਸਾਨੂੰ ਪੈਸੇ ਪੁੱਛ ਕੇ ਦਿੱਤੇ ਸੀ, ਹੁਣ ਤਾਂ ਨੂੰ ਚੜੀ ਜਾਂਦਾ। ਪੰਜ ਸਾਹਿਬ ਅਸੀਂ ਇਹਦੇ 15-20 ਦਿਨ ਚ ਪੈਸੇ ਵਾਪਸ ਕਰ ਦਿੰਦੇ ਆ। ਨਾਲੇ ਇਹਨੂੰ ਕਹਿ ਦੋ ਤੜਕੇ ਤੜਕੇ ਫੋਨ ਨਾ ਕਰੇ, ਤਾਂ ਉਹ ਸਵੇਰੇ ਸਵੇਰੇ ਰੱਬ ਦਾ ਨਾਂ ਲੈਣਾ ਹੁੰਦਾ। ਚਲੋ ਠੀਕ ਹੈ, ਤੁਸੀਂ 15-20 ਦਿਨਾਂ ਚ ਕਰੋ ਇਹਦੇ ਪੈਸੇ ਵਾਪਸ, ਨਾਲੇ ਠੱਗੀਆਂ ਠੋਰੀਆਂ ਕਰੋ ਬੰਦ, ਨਹੀਂ ਤਾਂ ਅਸੀਂ ਤੁਹਾਡੀ ਪੁਲਿਸ ਥਾਣੇ ਰਿਪੋਰਟ ਕਰਾ ਦੇਣੀ ਹੈ, ਸਮਝੇ? ਨਾ ਜੀ ਨਾ, ਸਰਪੰਚ ਸਾਹਿਬ ਥਾਣੇ ਰਿਪੋਰਟ ਨਾ ਕਰੇ ਜੀ, ਥਾਣੇ ਰਿਪੋਰਟ ਨਾ ਕਰੇ ਜੀ, ਕਰਦੇ ਆ ਹਾਲੇ ਤਾਂ ਕੋਈ ਨਹੀਂ, ਥਾਣੇ ਰਿਪੋਰਟ ਨਾ ਕਰੇ। ਚੱਲ ਵੇ ਥਾਣੇ ਰਿਪੋਰਟ ਨਾ ਕਰੇ। ਲੈ ਤਾਈ ਪੀਲਾ ਚਾਹ। ਬੇ ਆ ਗਲਾ ਚਾਹ ਨੂੰ, ਮੇਰਾ ਤਾਂ ਦਿਲ ਕਦੇ ਉੱਪਰ ਨੂੰ ਜਾਂਦਾ ਕਦੇ ਥੱਲੇ ਨੂੰ ਜਾਂਦਾ। ਤਾਈ ਤੇਰਾ ਦਿਲ ਤਾਂ ਜਿਹੜਾ ਜਾਂਦਾ ਜਾਂਦਾ, ਤੈਨੂੰ ਭੰਬੂ ਤਾਰੇ ਵੀ ਨਜ਼ਰ ਆਉਂਦੇ ਹੋਣਗੇ, ਨਾਲੇ ਉਹਨਾਂ ਦੇ ਪੈਸੇ ਮੋੜੋ, ਨਹੀਂ ਤਾਂ ਗੱਲ ਥਾਣੇ ਪਹੁੰਚ ਜਾਣੀ ਆ। ਨਹੀਂ ਹੁੰਦਾ ਓਏ, 2012 'ਚ ਦੁਨੀਆ ਖਤਮ, ਸਰਪੰਚ ਨੂੰ ਲਾਭ ਲਾਰੀ। ਓਏ ਕੋਈ ਕੱਚਾ ਪੱਕਾ ਰਿਸ਼ਤਾ ਕਰਾ ਦਈਏ, ਆਪਣੀ ਇੱਜ਼ਤ ਬਾਜੂ। ਓਏ ਇੱਜ਼ਤ ਨੂੰ ਅੱਗੇ ਕਿਹੜਾ ਆਪਣੇ ਝੰਡੇ ਝੋਲਦੇ ਆ। ਮੈਂ ਪਹਿਲਾਂ ਮੇਰੀ ਟੈਨਸ਼ਨ ਦੂਰ ਕਰੋ, ਮੈਂ ਤਾਂ ਆਪਦੀ ਕੁੜੀ ਕੋਲੇ ਵੀ ਜਾਣਾ। ਤਾਈ ਪਹਿਲਾਂ ਤੇਰੀ ਕੁੜੀ ਨਾਲ ਮਿਲਾਈਏ, ਬਾਕੀ ਕੰਮ ਫੇਰ ਕਰ ਲਾਂਗੇ। ਉਹ ਜਿਹੜਾ ਪਹਿਲਾਂ ਕੰਮ ਮੜਿਆ ਉਹ ਨਿਬੇੜੋ, ਥਾਣਿਆਂ 'ਚ ਰਾਤਾਂ ਕੱਟਣੀਆਂ ਕਿਹੜਾ ਸਿਖਾਲੀਆਂ ਨੇ। ਉਹ ਮੇਰੀ ਗੱਲ ਮੰਨੋ, ਇੱਕ ਡਾਂਸਰ ਲਿਆਓ ਦਿਹਾੜੀ ਤੇ ਉਹਨੂੰ ਸਾਰੀ ਗੱਲ ਸਮਝਾਓ। ਵਾਹ ਲੰਬੂ, ਆ ਕੀਤੀ ਆ ਕੰਮ ਦੀ ਗੱਲ, ਡਾਂਸਰ ਨਾਲ ਗੱਲ ਮੈਂ ਕਰੂੰ। ਹੁਣ ਦੇਖ ਕਿਵੇਂ ਮੋਬਾਈਲ ਵਾਂਗੂ ਚਾਰਜ ਹੋ ਗਿਆ। ਕਿਆ ਫਰਕਾੜ, ਲਾ ਨੰਬਰ ਡਾਂਸਰ ਨੂੰ। ਉਹ ਚੱਕ ਲਾ, ਕਿੱਥੇ ਬੈਠੀਆਂ, ਕਿਹੜੇ ਭੋਏ ਚ ਉਤਰ ਗਈ। ਹਾਂਜੀ, ਆ ਇੱਕ ਡਾਂਸਰ ਚਾਹੀਦੀ ਸੀ ਦਿਹਾੜੀ ਤੇ ਜੀ। ਉਹ ਕੀ ਕਹਿੰਦੀ ਡਾਂਸਰ? ਅੱਗ ਭਜਾਉਣ ਵਾਲੇ ਨੂੰ ਲੱਗ ਗਿਆ ਸੀ। ਦੁਬਾਰਾ ਲਾ। ਹਾਂਜੀ ਹਾਂਜੀ, ਕੀ ਹਾਲ ਚਾਲ ਆ ਜੀ? ਹੋਰ ਸਾਰੇ ਬਾਲ ਬੱਚੇ ਠੀਕ ਠਾਕ ਨੇ ਜੀ? ਕੰਮ ਦੀ ਗੱਲ ਕਰ, ਕੰਮ ਦੀ। ਨਾ ਨਾ ਜੀ, ਕੋਈ ਸਟੇਜੀ ਪ੍ਰੋਗਰਾਮ ਨੀ ਜੀ, ਕੋਈ ਵਿਆਹ ਦਾ ਪ੍ਰੋਗਰਾਮ ਨੀ ਜੀ। ਬਾਈ ਤੁਸੀਂ ਸਾਡੇ ਕੋਲ 10 ਵਜੇ ਆਉਣਾ ਜੀ, ਠੀਕ 12 ਵਜੇ ਅਸੀਂ ਤੁਹਾਨੂੰ ਵਿਦਾ ਕਰ ਦੇਣਾ। ਬਾਈ ਤੁਹਾਡਾ ਕਿਸੇ ਨਾਲ ਨਕਲੀ ਵਿਆਹ ਕਰਨਾ ਜੀ, ਠੀਕ ਹੈ ਜੀ? ਨਾ 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 ਜੀ, ਪੈਸੇ ਦੱਸੋ। 30,000 ਤਾਂ ਬਾਹਲਾ ਜੀ, ਅਸੀਂ ਤਾਂ ਤੁਹਾਨੂੰ ਮੋੜ ਦੇਣਾ, ਰੱਖਣਾ ਨੀ ਜੀ। ਚਲੋ ਠੀਕ ਹੈ ਜੀ, ਤੁਸੀਂ ਕੱਲ ਮੁੱਲਾ ਪਰ ਆ ਕੇ ਸਾਨੂੰ ਫੋਨ ਕਰ ਲੈਣਾ ਜੀ, ਉਦੋਂ ਬਾਅਦ ਅਸੀਂ ਤੁਹਾਨੂੰ ਦੱਸ ਦਾਂਗੇ। ਚੰਗਾ, ਕਿਉਂ 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 ਜੀ? ਓਏ ਕਰੋ ਮੁੰਡੇ ਵਾਲੇ ਨੂੰ ਫੋਨ, ਉਹ ਮਿਲ ਗਈ ਕੈਨੇਡਾ ਵਾਲੀ ਕੁੜੀ। ਗੁੱਡ ਮਾਰਨਿੰਗ ਜੀ। ਅੱਧੀ ਰਾਤ ਹੋਈ ਪਈ ਆ। ਚਲੋ ਜੋ ਵੀ ਹੈ ਜੀ। ਅੱਛਾ, ਬਣ ਗਈ ਜੀ ਗੱਲ ਤੁਹਾਡੀ, ਮੰਨ ਗਈ ਕੁੜੀ ਕੈਨੇਡਾ ਵਾਲੀ? ਨਹੀਂ ਨਹੀਂ ਜੀ, ਉਹ ਤਾਂ ਸਾਡੇ ਵੀ ਨਹੀਂ ਦੇਰੀ ਸੀ। ਬਸ ਤੁਸੀਂ ਆ ਜਾਓ ਕੱਲ ਉੱਥੇ ਜਿੱਥੇ ਆਪਾਂ ਮਿਲੇ ਸੀ, ਆਪਾਂ ਕਰ ਦਿੰਦੇ ਟਾਂਕਾ ਫਿੱਟ ਜੀ। ਚੰਗਾ, ਕਿਉਂ ਕਿਉਂ ਜੀ ਕਿਉਂ? ਮੈਨੂੰ ਤਾਂ ਨਕਲੀ ਵਿਚੋਲੇ ਲੱਗਦੇ ਨੇਗੇ, ਸਾਡੇ ਕੋਲ 50,000 ਰੁਪਇਆ ਲੈ ਗਏ, ਮੁੜ ਕੇ ਅੱਜ ਦਿਸੇ ਨੇ। ਹਾਂ ਹਾਂ, ਇਹ ਤਾਂ ਉਹੀ ਹੈ, 31,000 ਮੇਰੇ ਕੋਲੋਂ ਵੀ ਲੈ ਕੇ ਗਏ ਆ। ਹਾਂ ਬਾਈ, ਇਹਦੇ 31,000 ਤੇ ਮੈਨੂੰ ਵੀ ਰਗੜ ਗਏ। ਉਹ ਇਹਨਾਂ ਦਾ ਧਿਆਨ ਰੱਖਿਓ, ਇਹਨਾਂ ਦਾ ਕੰਮ ਨਿਬੜ ਲੈਣ ਦੋ, ਭੱਜਣ ਨਹੀਂ ਦੇਣੇ। ਬਾਈ ਕਿਵੇਂ ਆ? ਬਸ 5 ਮਿੰਟ ਹੋਰ ਆ, ਚੜ ਗਈ ਸਟੀਵ ਸਿਰੇ ਲੰਬੂ ਦੀ। ਹਾਂ ਬਾਈ, ਤੇਜਾ ਸਿਆ, ਬਹੁਤ ਤੇਰਾ ਧੰਨਵਾਦ, ਬਹੁਤ ਲੜਕੀ ਪਸੰਦ ਆ ਸਾਡੇ। ਬੇਟਾ ਤੂੰ ਕਿਹੜੇ ਸ਼ਹਿਰ ਚ ਰਹਿੰਦੀ? ਉੱਥੇ ਕੈਨੇਡਾ ਹੈ? ਕੈਨੇਡਾ ਕਿਹੜਾ ਕੈਨੇਡਾ? ਮੈਂ ਨੀ ਕਿਸੇ ਕੈਨੇਡਾ ਕਨੂਡਾ ਚ ਰਹਿੰਦੀ, ਮੈਨੂੰ ਤਾਂ ਦਿਹਾੜੀ ਤੇ ਲੈ ਕੇ ਆਇਆ, ਮੈਂ ਨੀ ਵਿਆਹ ਵਿਉਹ ਕਰਾਉਣਾ ਗਾ। ਖੜਾ ਹੋ
ਕੋਈ ਕੈਨੇਡਾ ਵਾਲਾ ਮੁੰਡਾ ਨਹੀਂ, ਕੋਈ ਕੈਨੇਡਾ ਵਾਲੀ ਕੁੜੀ ਨਹੀਂ। ਮੈਂ ਤਾਂ ਪੰਜ ਰੁਪਏ ਤਨਖਾਹ ਦੇ ਲੱਗ ਜੀ ਮੌਤ ਆਪੇ ਕੀ ਨਹੀਂ ਮਾਰਦਾ ਕਿਸੇ ਨੂੰ। ਉਹ ਮੈਂ ਵੀ ਜੀ ਪਚੋਲ ਗਿਰੀ ਜੀ ਬੰਦਾ, ਮੈਂ ਤਾਂ ਡੇਢ ਕੀਤਰੀ ਲੱਗ ਗਿਆ। ਸਾਡੇ ਤਾਂ ਮੇਰੀ ਗੱਲ ਸੁਣੋ, ਜੇ ਤੂੰ ਮੇਰੇ ਤਾਂ ਪ੍ਰੈਸ ਕਰਨ ਲੱਗ ਜਾ ਬਾਹਰ ਇਸ